ਦੋਸਤੋ, ਮੈਂ ਤੁਹਾਡਾ ਰਜਿੰਦਰ ਸਿੰਘ ਥਿੰਦ, ਆਮ ਆਦਮੀ ਪਾਰਟੀ ਯੂਕੇ ਤੋਂ। ਅੱਜ ਮੈਂ ਸਾਡੇ ਪੰਜਾਬ ਦੀ ਸ਼ਾਨ, ਪੰਜਾਬ ਦੀ ਨਹੀਂ ਬਲਕਿ ਪੂਰੀ ਦੁਨੀਆ ਦੇ ਪੰਜਾਬੀਆਂ ਦੀ ਸ਼ਾਨ ਕਨਵਰ ਸੰਧੂ ਸਾਹਿਬ ਦੇ ਨਾਲ ਅੱਜ ਮੌਕਾ ਮਿਲਿਆ ਅੱਜ ਇਹਨਾਂ ਨਾਲ ਗੱਲਬਾਤ ਕਰਨ ਦਾ। ਅਤੇ ਮਨ ਇੰਨਾ ਖੁਸ਼ ਆ ਕਿ ਇਹੋ ਜਿਹਾ ਮਹਾਨ ਸ਼ਖਸੀਅਤ ਦੇ ਨਾਲ ਵੀ ਅੱਜ ਵਿਚਾਰਾਂ ਕਰਾਂਗੇ ਸਾਡੀਆਂ। ਬਾਕੀ ਜਿਹੜੀ ਆਪਾਂ ਯੂਕੇ ਦੀ ਟੀਮ ਨੇ ਆਪਣਾ ਫਲੇਮ ਆਫ ਹੋਪ ਜਿਹੜੇ ਆਪਾਂ ਪਲਾਨ ਕੀਤੀ ਆ ਕਿ ਚਲੋ ਪੰਜਾਬ ਮੁਹਿੰਮ ਦਾ ਜਿਹੜਾ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ, ਉਹਦੇ ਵਿੱਚ ਇਲੈਕਸ਼ਨ ਜਿਹੜੀਆਂ ਹੋ ਰਹੀਆਂ 2017 ਦੇ ਵਿੱਚ, ਆਪਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲੱਗ ਚੱਲਣਾ ਤਾਂ ਜੋ ਕਿ ਜਿਹੜੀਆਂ ਸਮੇਂ ਦੀਆਂ ਜਾਲਮ ਸਰਕਾਰਾਂ ਹੈਗੀਆਂ ਇਹਨਾਂ ਤੋਂ ਆਪਾਂ ਪੰਜਾਬ ਨੂੰ ਆਜ਼ਾਦ ਕਰਵਾਉਣਾ ਅਤੇ ਇੱਕ ਸੱਚੀ ਸੁੱਚੀ ਸਰਕਾਰ ਆਪਾਂ ਲੈ ਕੇ ਆਉਣਾ ਪੰਜਾਬ 'ਚ। ਹੁਣ ਤੁਹਾਡੇ ਨਾਲ ਕਨਵਰ ਸੰਧੂ ਸਾਹਿਬ ਫਲੇਮ ਹੋ ਬਾਰੇ ਕੋਈ ਸਾਂਝੀ ਤੁਸੀਂ NRI ਭੈਣਾਂ ਭਰਾਵਾਂ ਨੂੰ ਕੁਛ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਨੂੰ ਬੜੀ ਖੁਸ਼ੀ ਆ, ਮੈਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਰਜਿੰਦਰ ਸਿੰਘ ਥਿੰਡ ਮਿਲੇ ਆ। ਔਰ ਜਿਵੇਂ ਮੈਂ ਅੱਗੇ ਜਿਹੜੇ ਯੂਕੇ ਦੇ ਆਪਣੇ ਦੋਸਤ ਆ ਉਹਨਾਂ ਦੇ ਨਾਲ ਮੈਂ ਉਹ ਦਿਨ ਰੂਬਰੂ ਹੋਇਆ ਸੀਗਾ। ਮੈਨੂੰ ਬਹੁਤ ਖੁਸ਼ੀ ਆ ਕਿ ਯੂਕੇ ਦੇ ਆਪਣੇ ਬਾਹਰ ਵਸਦੇ ਪੰਜਾਬੀ ਜਿਹੜੇ ਯੂਕੇ 'ਚ ਰਹਿੰਦੇ ਆ ਉਹਨਾਂ ਨੇ ਇੰਨਾ ਉਪਰਾਲਾ ਕੀਤਾ, ਜਿਹੜੀ ਫਲੇਮ ਆਫ ਹੋਪ ਬਾਰੇ ਪਹਿਲਾਂ ਤੋਂ ਸੋਚਿਆ, ਫਿਰ ਉਹਨੂੰ ਪ੍ਰੈਕਟੀਕਲ ਸ਼ੇਪ ਦਿੱਤੀ ਆ। ਔਰ ਹੁਣ ਉਹਨਾਂ ਨੇ ਦੱਸਿਆ ਵਾ ਕਿ ਥੋੜ੍ਹੇ ਦਿਨਾਂ ਤੱਕ ਜਿਹੜੀ ਫਲੇਮ ਆਫ ਹੋਪ ਆ ਉਹ ਯੂਕੇ ਤੋਂ ਇੰਡੀਆ ਵਾਸਤੇ ਚੱਲੂਗੀ, ਪੰਜਾਬ ਆਊਗੀ, ਅੰਮ੍ਰਿਤਸਰ ਆ ਕੇ ਪਹੁੰਚ ਕੇ ਫਿਰ ਅੰਮ੍ਰਿਤਸਰ ਤੋਂ ਫਿਰ ਉਹ ਵੱਖਰੇ ਵੱਖਰੇ ਹਲਕਿਆਂ ਦੇ ਵਿੱਚ ਜਾਊਗੀ। ਮੇਰਾ ਖਿਆਲ ਇਹ ਬਹੁਤ ਚੰਗਾ ਉਪਰਾਲਾ ਵਾ, ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਜਾਗਰੂਕਤਾ ਆਊਗੀ। ਪੰਜਾਬ ਦੇ ਲੋਕ ਜਿਹੜੇ ਆ ਉਹ ਵੈਸੇ ਤਾਂ ਤਿਆਰ ਆ ਔਰ ਆਮ ਆਦਮੀ ਪਾਰਟੀ ਨੂੰ ਬੜਾ ਚੰਗਾ ਹੁੰਗਾਰਾ ਦੇ ਰਹੇ ਆ, ਪਰ ਜਦੋਂ ਇਹ ਬਾਹਰ ਵਾਸਤੇ ਪੰਜਾਬੀ ਜਦੋਂ ਇਹ ਹੁੰਗਾਰਾ ਦੇਣਗੇ ਇੱਥੋਂ ਜਿਹੜੇ ਲੋਕਾਂ ਨੂੰ ਲੱਗੂਗਾ ਕਿ ਬਾਕੀ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਆ ਉਹ ਚਾਹੁੰਦੇ ਆ ਪੰਜਾਬ ਦੇ ਵਿੱਚ ਇੱਕ ਚੇਂਜ ਆਏ। ਸੋ ਮੈਂ ਬਾਹਰ ਵਾਸਤੇ ਪੰਜਾਬੀਆਂ ਨੂੰ, ਖਾਸ ਕਰਕੇ ਯੂਕੇ ਦੇ ਜਿਹੜੇ ਸਿੱਖ ਆ ਔਰ ਪੰਜਾਬੀ ਆ ਜਿਨ੍ਹਾਂ ਨੇ ਸਾਰਾ ਉਪਰਾਲਾ ਕੀਤਾ ਵਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ। ਔਰ ਮੈਂ ਚਾਹੂੰਗਾ ਕਿ ਹੋਰ ਵੀ ਇਹੋ ਜਿਹੇ ਉਪਰਾਲੇ ਜ਼ਰੂਰ ਹੋਣੇ ਚਾਹੀਦੇ ਆ, ਜੇ ਕੱਲ੍ਹ ਨੂੰ ਜਿਹੜੀ ਸਾਨੂੰ ਪੂਰੀ ਆਸ ਆ ਇਹ ਹੋਣੀ ਵਾਲਾ ਵਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਬਣੀ, ਅਤੇ ਮੇਰੇ ਖਿਆਲ ਦਾ ਕ੍ਰੈਡਿਟ ਬਹੁਤ ਹੱਦ ਤੱਕ ਜਿਹੜੇ ਬਾਹਰ ਵਸਦੇ ਪੰਜਾਬੀ ਆ ਔਰ ਜਿਹੜੇ ਯੂਕੇ ਦੇ ਪੰਜਾਬੀ ਆ ਉਹਨਾਂ ਨੂੰ ਜਾਊਗਾ ਔਰ ਇਹ ਜਿਹੜਾ ਸਿਹਰਾ ਵਾ ਜਿੱਤ ਦਾ ਸਿਹਰਾ ਉਹਨਾਂ ਦੇ ਮੱਥੇ 'ਤੇ ਚੜਿਆ ਜਾਊਗਾ। ਥੈਂਕ ਯੂ ਵੈਰੀ ਮੱਚ।